ਨਹੀਂ ਪਹਿਲੀ ਵਾਰੀ ਨਹੀਂ ਹੈ, ਪਹਿਲਾਂ ਐਕਚੁਅਲੀ ਸਾਡਾ ਇੱਥੇ ਸ਼ੁਰੂ ਕੀਤਾ ਸੀ ਅਸੀਂ ਅਰਵਿੰਦ ਕੇਜਰੀਵਾਲ ਜੀ, ਭਗਵੰਤ ਮਾਨ ਜੀ, ਇੱਥੇ ਪਹਿਲੀ ਮੈਗਾ ਪੀਟੀਐਮ ਇੱਥੇ ਸ਼ੁਰੂਆਤ ਕੀਤੀ ਸੀ ਉਹਨਾਂ ਨੇ। ਮੈਂ ਉਦੋਂ ਪ੍ਰੈਜ਼ੈਂਟ ਸੀਗਾ ਜੀ, ਇਹ 2022 ਦੀ ਗੱਲ ਕਰਦਾ, ਮਤਲਬ ਹਰ ਸਾਲ ਅਸੀਂ ਕਰਦੇ ਹਾਂ ਜੀ ਇਹ। ਔਰ ਰੈਗੂਲਰ ਜਿਹੜਾ ਹੈਗਾ ਪੇਰੈਂਟਸ ਦਾ ਔਰ ਟੀਚਰਸ ਦਾ ਜਿਹੜਾ ਇੰਟਰੈਕਸ਼ਨ ਹੈ, ਬਿਕਾਜ਼ ਜਿਹੜੇ ਟੀਚਰਸ ਆ ਦੇ ਆਰ ਦਾ ਸੈਕਿੰਡ ਸੈੱਟ ਆਫ ਪੇਰੈਂਟਸ, ਐਂਡ ਜਿਹੜੇ ਪੇਰੈਂਟਸ ਆ ਦੇ ਆਰ ਦਾ ਫਸਟ ਸੈੱਟ ਆਫ ਟੀਚਰਸ ਨਾ, ਅਤੇ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਕੰਪਲੀਮੈਂਟਰੀ ਰੋਲ ਹੈ। ਪੇਰੈਂਟਸ ਨੂੰ ਫੀਡਬੈਕ ਮਿਲਣੀ ਬਹੁਤ ਜ਼ਰੂਰੀ ਹੈ ਜੀ। ਔਰ ਦੂਜੀ ਗੱਲ ਇਹ ਹੈ ਕਿ ਸਰਕਾਰ ਜਿਹੜੀਆਂ ਚੇਂਜਸ ਕਰ ਰਹੀ ਹੈ ਉਹਦਾ ਇੱਕ ਤਾਂ ਮਤਲਬ ਮੈਂ ਟੀਚਰਸ ਦੇ ਵਿੱਚ ਇੰਥੂਜ਼ੀਆਜ਼ਮ ਦੇਖ ਰਿਹਾ, ਬੱਚਿਆਂ ਦੀਆਂ ਅੱਖਾਂ ਦੇ ਵਿੱਚ ਇੱਕ ਨਵੀਂ ਆਸ਼ਾ ਦੀ ਕਿਰਨ ਦੇਖ ਰਿਹਾ। ਜਿਵੇਂ ਬਿਜ਼ਨਸ ਬਲਾਸਟਰ ਆ, ਮੈਂ ਜਾ ਕੇ ਆਇਆ ਜਿਹੜੇ ਪਹਿਲੇ ਸਕੂਲ 'ਚ, ਇੱਥੇ ਮੈਂ ਅਜੇ ਜਾਣਾ ਹੈਗਾ, ਬੱਚੇ ਮੋਬਾਈਲ ਚਾਰਜਰਸ ਬਣਾ ਰਹੇ ਆ, ਸੋਲਰ ਜਿਹੜੇ ਪੈਨਲਸ ਬਣਾ ਰਹੇ ਆ, ਪੇਂਟਿੰਗਸ ਕਰ ਰਹੇ ਆ, ਵੇਸਟ ਵਾਟਰ ਬਾਰੇ ਗੱਲ ਕਰ ਰਹੇ ਆ, ਇਨਵਾਇਰਮੈਂਟ ਵਾਸਤੇ ਮਤਲਬ ਉਹਦੇ ਬਾਰੇ ਪੇਂਟਿੰਗ ਕਰ ਰਹੇ ਆ, ਜਾਂ ਉਹਦੇ ਬਾਰੇ ਕੋਈ ਇਨੀਸ਼ੀਏਟਿਵ ਆ, ਜਿਵੇਂ ਵੇਸਟ ਵਾਟਰ ਆ ਜਿਹੜਾ ਸੀਵਰੇਜ ਵਾਟਰ ਆ ਉਹਨੂੰ ਕਿੱਦਾਂ ਪਿਓਰੀਫਾਈ ਕਰਨਾ। ਸੋ ਬੱਚਿਆਂ ਦੇ ਵਿੱਚ ਚੇਤਨਾ ਹੋਏਗੀ, ਇਹ ਵਾਲੀ ਜਿਹੜੀ ਇੱਕ ਇਨੋਵੇਟਿਵ ਅਪਰੋਚ ਹੈ ਐਜੂਕੇਸ਼ਨ ਦੇ ਵਿੱਚ, ਬਿਜ਼ਨਸ ਬਲਾਸਟਰ ਦੇ ਨਾਲ ਬੱਚਿਆਂ ਦੀ ਮਦਦ ਹੋ ਰਹੀ ਹੈ ਉਹਨਾਂ ਦੇ ਨਾਲ, ਜਿਹੜਾ ਬੱਚੇ ਦਾ ਆਪਾਂ ਨੂੰ ਐਪਟੀਚਿਊਡ ਪਤਾ ਲੱਗ ਜਾਏਗਾ। ਅਸੀਂ ਨੋਰਮਲੀ ਐਪਟੀਚਿਊਡ ਟੈਸਟ ਕਰਾਉਂਦੇ ਸੀ ਜਦੋਂ ਮੇਰੇ ਬੱਚਿਆਂ ਨੂੰ ਵੀ ਪਲੱਸ ਟੂ ਕੀਤਾ, ਮੈਂ ਉਹਨਾਂ ਨੂੰ ਚੰਡੀਗੜ੍ਹ ਲੈ ਕੇ ਗਿਆ ਸੀ ਕਿ ਬੱਚੇ ਦਾ ਇੰਟਰਸਟ ਨੇਚਰ ਵਿੱਚ ਹੈ, ਸਾਇੰਸ ਵਿੱਚ ਹੈ, ਮੈਡੀਕਲ ਸਾਇੰਸ 'ਚ ਹੈ, ਇੰਜੀਨੀਅਰਿੰਗ ਵਿੱਚ ਹੈ, ਜਾਂ ਉਹ ਕੋਈ ਸਰਵਿਸ ਵਿੱਚ ਜਾਣਾ ਚਾਹੁੰਦਾ ਹੈ, ਪਾਇਲਟ ਬਣਨਾ ਚਾਹੁੰਦਾ ਹੈ। ਸੋ ਬੱਚੇ ਦੀ ਇਮੈਜੀਨੇਸ਼ਨ ਕੀ ਹੈ, ਨੈਚੁਰਲ ਜਿਹੜੀ ਚੀਜ਼, ਐਕਚੁਅਲੀ ਜਿਹੜਾ ਤੁਸੀਂ ਕੰਮ ਕਰਦੇ ਹੋ ਨਾ ਜੀ, ਜੇ ਤੁਹਾਡੀ ਹੋਬੀ ਵੀ ਉਹੀ ਹੋਵੇ ਨਾ ਜੀ, ਤਾਂ ਤੁਸੀਂ ਬਿਹਤਰ ਕੰਮ ਕਰੋਗੇ, ਮਤਲਬ ਇਫ ਯੂ ਲਵ ਇਟ। ਜੇ ਤੁਸੀਂ ਜ਼ਬਰਦਸਤੀ ਕਿਸੇ ਨੂੰ ਡਾਕਟਰ ਬਣਾ ਦੋਗੇ ਤਾਂ ਵਧੀਆ ਡਾਕਟਰ ਨਹੀਂ ਬਣੇਗਾ ਜੀ। ਜਿਹੜਾ ਬੱਚਾ ਡਾਕਟਰ ਬਣਨਾ ਚਾਹੁੰਦਾ ਉਹ ਵਧੀਆ ਡਾਕਟਰ ਬਣੇਗਾ। ਮੇਰੇ ਦੋ ਬੱਚੇ ਸੀ ਜੀ, ਮੇਰੀ ਬੇਟੀ ਕਹਿੰਦੀ ਮੈਂ ਡਾਕਟਰ ਹੀ ਬਣਾਉਣਾ, ਮੈਨੂੰ ਜਿੱਥੇ ਮਰਜ਼ੀ ਛੱਡਿਓ, ਅਤੇ ਮੇਰਾ ਬੇਟਾ ਕਹਿੰਦਾ ਮੈਂ ਡਾਕਟਰ ਨਹੀਂ ਬਣਾਉਣਾ, ਮੈਂ ਹੋਰ ਜੋ ਮਰਜ਼ੀ ਕਰ ਲਉਂਗਾ, ਮੈਂ ਡਾਕਟਰ ਬਣਨਾ ਹੀ ਨਹੀਂ, ਮਤਲਬ ਨਾ ਉਹਨੇ ਆਪਣਾ ਲਾਅ ਕਰ ਲਿਆ, ਉਹ ਆਪਣਾ ਕੰਮ ਕਰਦਾ। ਸੋ ਬੱਚਾ ਕੀ ਕਰਨਾ ਚਾਹੁੰਦਾ ਇਹ ਪੁੱਛਿਆ ਨਹੀਂ ਜਾਂਦਾ ਸੀਗਾ ਜੀ, ਮਤਲਬ ਆਪਣੇ। ਹੁਣ ਅਸੀਂ ਇੱਕ ਬਹੁਤ ਇਨੋਵੇਟਿਵ ਤਰੀਕੇ ਦੇ ਨਾਲ ਜਿਹੜੀ ਨਵੀਂ ਅਪਰੋਚ ਹੈ, ਇਸ ਤੋਂ ਸਿਵਾਏ ਜਿਹੜਾ ਹੈਗਾ ਤੁਹਾਡਾ, ਜਿਹੜੇ ਸਾਰੇ ਮਤਲਬ ਸਰਕਾਰੀ ਹਸਪਤਾਲਾਂ ਦੇ ਵਿੱਚ, ਸਰਕਾਰੀ ਸਕੂਲਾਂ ਦੇ ਵਿੱਚ ਕੱਚੇ ਜਿਹੜੇ ਸੀਗੇ ਮੁਲਾਜ਼ਮ ਹੁੰਦੇ ਸੀ, ਉਹ 12,000 ਤੋਂ ਬਾਅਦ ਐਜੂਕੇਸ਼ਨ ਦੇ ਵਿੱਚ ਪੱਕੇ ਹੋਏ 12,316, ਅਤੇ 10,361 ਨਵੇਂ ਅਧਿਆਪਕ ਰੱਖੇ ਆ। ਪਹਿਲੀ ਵਾਰੀ ਹੈ ਕਿ ਜਿਹੜਾ ਸਕੂਲਾਂ ਵਾਸਤੇ ਕੋਈ ਮੇਨਟੇਨੈਂਸ ਫੰਡ ਅਤੇ ਕੈਂਪਸ ਮੈਨੇਜਰ ਰੱਖੇ ਜਾ ਰਹੇ ਆ, ਚੌਕੀਦਾਰ ਰੱਖੇ ਜਾ ਰਹੇ ਆ, ਜਿਹੜੇ ਟੀਚਰਸ ਹੈ ਉਹਨਾਂ ਦੀ ਟ੍ਰੇਨਿੰਗ 'ਤੇ ਫੋਕਸ ਕੀਤਾ ਜਾ ਰਿਹਾ। ਮੈਂ ਜਦੋਂ ਆਪਣੀ MS ਕੀਤੀ, ਜਦੋਂ ਮੈਂ ਆਈ ਸਰਜਨ ਬਣਿਆ, ਉਦੋਂ ਲੈਂਸ ਆਉਂਦੇ ਨਹੀਂ ਸੀਗੇ, ਸੋ ਮੈਂ ਬਾਅਦ ਵਿੱਚ ਜਾ ਕੇ ਖੁਦ ਜਾ ਕੇ ਟ੍ਰੇਨਿੰਗ ਕਰਕੇ ਲੈਂਸ ਪਾਉਣੇ ਸਿੱਖ ਕੇ ਆਇਆ, ਫਿਰ ਫੇਕੋ ਆ ਗਈ, ਫਿਰ ਰੈਟਨਾ ਆ ਗਈ, ਲੇਜ਼ਰਸ ਆ ਗਏ। ਸੋ ਮੈਂ ਰਿਪੀਟਡਲੀ ਮਤਲਬ ਬਾਹਰ ਜਾ ਕੇ ਟ੍ਰੇਨਿੰਗ ਲਈ ਹਾਂ। ਸੋ ਟੀਚਰਸ ਕੋਲ ਓਪਰਚੁਨਿਟੀ ਨਹੀਂ ਆ, ਹੁਣ ਟੀਚਰਸ ਨੂੰ ਸਿੰਗਾਪੁਰ ਭੇਜਿਆ ਜਾ ਰਿਹਾ, IIM ਭੇਜਿਆ ਜਾ ਰਿਹਾ, ਫਿਨਲੈਂਡ ਭੇਜਿਆ ਜਾ ਰਿਹਾ, ਬੱਚਿਆਂ ਨੂੰ ਜਿਹੜਾ ਸੈਟੇਲਾਈਟ ਲਾਂਚ ਹੋ ਰਿਹਾ ਉਹ ਦੇਖ ਕੇ ਆਉਂਦੇ ਆ, ਬੱਚਿਆਂ ਦੇ ਵੀ ਇੱਕ ਬਾਕੀਆਂ ਦੇ ਵਿੱਚ ਪੋਜ਼ਿਟਿਵ ਕੰਪੀਟੀਸ਼ਨ ਆਉਂਦਾ ਕਿ ਅਸੀਂ ਵੀ ਕਰੀਏ, ਵੀ ਸ਼ੁਡ ਆਲਸੋ ਐਕਸੈਲ, ਤਾਂ ਕਿ ਅਗਲੀ ਵਾਰੀ ਸਾਡੀ ਵਾਰੀ ਆਵੇ। ਨੇਚਰਲੀ ਟੀਚਰਸ ਦੇ ਵਿੱਚ ਵੀ ਕੰਪੀਟੀਸ਼ਨ ਹੁੰਦਾ ਕਿ ਅਸੀਂ ਅਗਲੀ ਵਾਰੀ ਅਸੀਂ ਵੀ ਜਿਹੜੇ ਫਿਨਲੈਂਡ ਜਾਣਾ, ਅਸੀਂ ਵੀ ਉਸ ਕੈਟਾਗਰੀ ਵਿੱਚ ਆਈਏ, ਆਪਣੇ ਰਿਜ਼ਲਟਸ ਵਧੀਆ ਕਰੀਏ। ਸੋ ਜਿਹੜੀ ਗਵਰਨਮੈਂਟ ਦੀ ਨੀਅਤ ਹੈ, ਮੈਂ ਪਹਿਲੇ ਸਕੂਲ 'ਚ ਜਦੋਂ ਮੈਂ ਗਿਆ ਕਲਾਸਰੂਮ ਦੇ ਵਿੱਚ, ਉੱਥੇ ਪੇਰੈਂਟਸ ਬੈਠੇ ਹੋਏ ਸੀ ਬਹੁਤ ਸਾਰੇ। ਮੈਂ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਸੀ, ਜਦੋਂ ਮੈਂ ਛੋਟਾ ਹੁੰਦਾ ਸੀ ਨਾ ਜੀ, ਤਾਂ ਬੱਚੇ ਰੋਂਦੇ ਹੁੰਦੇ ਸੀ ਸਵੇਰੇ, ਮਤਲਬ ਪੇਰੈਂਟਸ ਗੋਦੀ ਚੱਕ ਕੇ ਘੜੀ ਸਕੇ ਲਿਜਾ ਰਹੇ ਹੁੰਦੇ ਸੀ ਸਕੂਲ ਛੱਡਣ ਨਾ ਜੀ, ਅਤੇ ਚਿਲਡਰਨ ਦੇ ਹੈਡ ਟੂ ਗੋ ਟੂ ਸਕੂਲ, ਮਤਲਬ ਨਾ ਜੀ। ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਬੱਚਿਆਂ ਨੂੰ ਮਤਲਬ ਸਕੂਲ ਜਾਣਾ ਪੈਂਦਾ, ਤੁਹਾਨੂੰ ਭੇਜਣਾ ਪੈਂਦਾ, ਜਾਂ ਇਹ ਜਾਣਾ ਚਾਹੁੰਦੇ ਆ? ਕਹਿੰਦੇ ਜੀ ਹੁਣ ਇਹ ਜਾਣਾ ਚਾਹੁੰਦੇ ਆ, ਦੇ ਵਾਂਟ ਟੂ ਗੋ ਟੂ ਸਕੂਲ। ਆਈ ਥਿੰਕ ਦੈਟਸ ਅ ਬਿਗ ਚੇਂਜ, ਇਹਨੂੰ ਮੈਂ ਸਮ ਅਪ ਕਰ ਸਕਦਾ, ਦਾ ਚਿਲਡਰਨ, ਇਫ ਦਾ ਚਿਲਡਰਨ ਐਂਡ ਟੀਚਰਸ, ਇਫ ਦੇ ਹੈਵ ਦਾ ਇੰਥੂਜ਼ੀਆਜ਼ਮ ਟੂ ਗੋ ਟੂ ਸਕੂਲ, ਸੋ ਦੇ ਆਰ ਆਲ ਇਨ ਪਿੰਕ ਆਫ ਹੈਲਥ। ਇਹਦਾ ਮਤਲਬ ਟੀਚਰਸ ਵੀ ਬਹੁਤ ਅੱਛੀ ਸਟੇਟ ਆਫ ਮਾਇੰਡ 'ਚ ਹੈ, ਔਰ ਬੱਚੇ ਵੀ ਬਹੁਤ ਸਟੇਟ ਆਫ ਮਾਇੰਡ 'ਚ ਹੈ। ਅਤੇ ਇਹ ਗਵਰਨਮੈਂਟ ਦੀਆਂ ਨੀਤੀਆਂ ਹੁੰਦੀਆਂ ਜਿਹੜੀਆਂ, ਮਤਲਬ ਜਿਵੇਂ ਅਸੀਂ ਆਪਣੇ ਟੀਚਰਸ ਨੂੰ ਬਾਹਰ ਭੇਜ ਰਹੇ ਹਾਂ, ਜਿਹੜਾ ਹੈਪੀਨੈਸ ਕਰੀਕੁਲਮ ਹੈ ਉਹਦੇ ਵਾਸਤੇ ਬਾਹਰਲੇ ਟੀਚਰ ਦਿੱਲੀ 'ਚ ਟ੍ਰੇਨਿੰਗ ਕਰਨ ਆ ਰਿਹਾ ਜੀ। ਉੱਥੇ ਤਾਂ ਉਹਨਾਂ ਦੇ ਪ੍ਰੈਜੀਡੈਂਟ ਵੀ ਆ ਰਿਹਾ, ਉਹਦੀ ਵਾਈਫ ਦਿੱਲੀ ਗਵਰਨਮੈਂਟ ਦਾ, ਜੋ ਮਨੀਸ਼ ਸਿਸੋਦੀਆ ਜਿਹਨੇ ਕ੍ਰਿਸ਼ਮਾ ਕੀਤਾ, ਜਿਹੜਾ ਨਵੀਂ ਕ੍ਰਾਂਤੀ ਕੀਤੀ ਆ, ਉਹ ਵਾਲੇ ਸਕੂਲ ਦੇਖਣ ਜਾਂਦੇ ਆ, ਉਹਨਾਂ ਦੇ ਮੱਲਾ ਕਲੀਨਿਕ ਦੇਖਣ ਜਾਂਦੇ ਆ, ਜੋ ਅਸੀਂ ਪੰਜਾਬ 'ਚ ਬਣਾਇਆ, ਹੁਣ ਉਹਨਾਂ ਨੂੰ ਰੈਪਲੀਕੇਟ ਕੀਤਾ ਅਸੀਂ, ਯੋਗਾ ਦੀਆਂ ਕਲਾਸਿਸ ਕਰ ਰਹੇ ਹਾਂ। ਸੋ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਜਿਹੜੇ ਟੀਚਰਸ ਆ, ਦੇ ਆਰ ਬੀਇੰਗ ਟ੍ਰੇਨਡ, ਕਿ ਜਿਹੜਾ ਸਾਈਬਰ ਕ੍ਰਾਈਮ ਬਾਰੇ ਬੱਚਿਆਂ ਨੂੰ ਪਤਾ ਹੋਵੇ, ਜਿੰਨੇ ਵੀ ਨਿਊ ਏਜ ਚੈਲੰਜਸ ਆ, AI ਬਾਰੇ ਪਤਾ ਹੋਵੇ। ਅਤੇ ਇਹਦੇ ਵਿੱਚ ਜੋ ਮੇਰੇ ਮਹਿਕਮੇ ਵੱਲੋਂ ਆ, ਸਾਡੀ ਇਹ ਕੋਸ਼ਿਸ਼ ਆ, ਅਸੀਂ ਪਟਿਆਲੇ ਵਿੱਚੋਂ ਪਾਇਲਟ ਕਰਾਂਗੇ, DO ਸਾਹਿਬ ਬੈਠੇ ਸਾਡੇ ਨਾਲ, ਇਹਨਾਂ ਦੇ ਪ੍ਰਿੰਸੀਪਲ ਮੈਡਮ ਬੈਠੇ ਆ, ਬਾਕੀ ਟੀਚਰ ਸਾਹਿਬਾਨ ਬੈਠੇ ਆ, ਕਿ ਬੱਚਿਆਂ ਨੂੰ ਫਸਟ ਏਡ, ਜਿਹੜਾ ਬੱਚਾ ਪਲੱਸ ਟੂ ਕਰੇ ਔਰ ਜਿਹੜਾ ਗ੍ਰੈਜੂਏਸ਼ਨ ਕਰੇ, ਕਿਸੇ ਵੀ, ਚਾਹੇ ਉਹ ਆਰਟਸ ਦਾ ਹੋਵੇ, ਸਾਇੰਸ ਦਾ ਹੋਵੇ, ਕਿਸੇ ਵੀ ਹੋਰ ਸਟ੍ਰੀਮ ਦਾ ਹੋਵੇ, ਉਹ ਮੈਡੀਕਲ ਦਾ ਹੋਵੇ, ਮੈਡੀਕਲ ਵਾਲਿਆਂ ਤੋਂ ਸ਼ੁਰੂ ਕਰਾਂਗੇ ਅਸੀਂ, ਉਹਨਾਂ ਨੂੰ ਰਿਸੋਰਸ ਪਰਸਨ ਬਣਾਵਾਂਗੇ, ਜਿਵੇਂ ਸਾਡੇ ਇੰਟਰਨਸ ਹੈ ਜਾਂ ਸਾਡੀਆਂ ਨਰਸਿੰਗ ਸਟੂਡੈਂਟਸ ਹੈ, ਖਾਸ ਕਰਕੇ BSc MSc ਵਾਲੀਆਂ, ਉਹਨਾਂ ਨੂੰ ਰਿਸੋਰਸ ਪਰਸਨ ਬਣਾਵਾਂਗੇ, ਕਿ ਹਰ ਇੱਕ ਬੱਚੇ ਨੂੰ ਫਸਟ
ਜੇ ਕਿਸੇ ਨੂੰ ਫ੍ਰੈਕਚਰ ਹੋ ਗਿਆ ਤਾਂ ਉਹਨੂੰ ਹੋਸਪਿਟਲ ਕਿੱਦਾਂ ਲੈ ਕੇ ਜਾਣਾ, ਜੇ ਕਿਸੇ ਦੇ ਕੰਨ 'ਚ ਕੋਈ ਕੀੜਾ ਵੜ ਗਿਆ ਜੀ, ਕੋਈ ਸੱਪ ਲੜ ਗਿਆ, ਕੋਈ ਤਮੋੜੀ ਲੜ ਗਈ, ਮਤਲਬ ਛੋਟੀ ਛੋਟੀਆਂ ਜਿਹੜੀਆਂ ਡੇ ਟੂ ਡੇ ਲਾਈਫ ਦੇ ਵਿੱਚ ਐਮਰਜੈਂਸੀ ਆਉਂਦੀਆਂ, ਉਹਨਾਂ ਨੂੰ ਡਾਕਟਰ ਦੀ ਲੋੜ ਹੀ ਨਹੀਂ ਪਏਗੀ। ਤਾਂ ਉਹ ਵਾਲੀ ਜਿਹੜੀ ਏਡ ਆ ਜਿਹਨੂੰ ਅਸੀਂ ਫਸਟ ਏਡ ਕਹਿੰਦੇ ਹਾਂ, ਜਿਹੜੀ ਕਿ ਡਾਕਟਰ ਦੇ ਆਉਣ ਤੋਂ ਪਹਿਲਾਂ ਦਿੱਤੀ ਜਾਂਦੀ ਆ, ਲੇਮੈਨ ਨੇ ਦੇਣੀ ਹੁੰਦੀ ਆ, ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਉਹ ਇਹਨਾਂ ਨੂੰ ਅਸੀਂ ਉਹ ਵਾਲੀ ਟ੍ਰੇਨਿੰਗ ਵੀ ਦਿਆਂਗੇ, ਉਹਦੇ ਵਾਸਤੇ ਕਰ ਰਹੇ ਹਾਂ। ਵੈਕਟਰ ਬੋਰਨ ਡਿਜ਼ੀਜ਼ ਆ, ਡੇਂਗੂ ਹੈ, ਇਸ ਵਾਰੀ 70% ਰਿਡਕਸ਼ਨ ਹੋਈ ਆ। ਕਿੱਦਾਂ ਹੋਈ ਆ? ਉਹ ਐਜੂਕੇਸ਼ਨ ਦੇ ਥਰੂ ਹੋਈ ਆ। ਤਾਂ ਮੈਂ ਫੋਕਸ ਕਰ ਰਿਹਾ ਸਕੂਲਾਂ ਦੇ ਉੱਤੇ ਕਿ ਹਰ ਇੱਕ ਬੱਚੇ ਨੂੰ ਡੇਂਗੂ ਦੇ ਲਾਰਵੇ ਦੀ ਰੈਕੋਗਨੀਸ਼ਨ ਕਰਾਉਣੀ ਆ। ਕਿੱਥੇ ਹੁੰਦਾ ਉਹ? ਫਰਿੱਜ ਦੀ ਟ੍ਰੇ ਦੇ ਨੀਚੇ ਹੁੰਦਾ, ਉਹ ਜਿਹੜਾ ਤੁਹਾਡਾ ਡੈਜ਼ਰਟ ਕੂਲਰ ਆ ਉਹਦੇ ਵਿੱਚ ਹੁੰਦਾ, ਜਿਹੜੇ ਤੁਸੀਂ ਪੰਛੀਆਂ ਲਈ ਕਟੋਰੇ ਰੱਖਦੇ ਹੋ ਜਾਂ ਪਾਣੀ ਸਟੋਰ ਕਰਦੇ ਹੋ ਕੰਸਟਰਕਸ਼ਨ ਵਾਸਤੇ ਜਾਂ ਆਪਣੇ ਐਨੀਮਲਸ ਲਈ ਜਾਂ ਆਪਣੇ ਯੂਜ਼ ਵਾਸਤੇ ਸਟੋਰ ਕਰਦੇ ਹੋ ਪਾਣੀ, ਉਹਦੇ ਵਿੱਚ ਬਰੀਡ ਕਰਦਾ, ਉਹ ਘਰ ਦੇ ਵਿੱਚ ਬਰੀਡ ਕਰਦਾ ਔਰ ਉਹ ਮੱਛਰ ਤੁਹਾਡੇ ਘਰ 'ਚ ਹੁੰਦਾ, ਬਾਹਰੋਂ ਨਹੀਂ ਆਉਂਦਾ। ਅਤੇ ਇਹ ਇਨਡੋਰ ਪਲਾਂਟਸ ਦੇ ਵਿੱਚ ਵੀ ਹੁੰਦਾ। ਸੋ ਜਦੋਂ ਅਸੀਂ ਬੱਚਿਆਂ ਨੂੰ ਵੈਕਟਰ ਬੋਰਨ ਡਿਜ਼ੀਜ਼ ਬਾਰੇ, ਲਾਈਫ ਸਟਾਈਲ ਡਿਸਆਰਡਰ ਬਾਰੇ, ਪੰਜਾਬ 'ਚ ਲੋਕਾਂ ਦੇ ਦੇਖੋ ਗੁਰਦੇ ਵੀ ਫੇਲ ਹੈ ਅਤੇ ਆਪਣੇ ਗੋਡੇ ਵੀ ਫੇਲ ਆ ਸਾਰੇ, ਕਿੰਨੇ ਮਤਲਬ ਹਜ਼ਾਰਾਂ ਲੋਕਾਂ ਦੇ ਹੋ ਰਹੇ ਆ। ਡਾਇਲਸਿਸ ਦੇ ਸੈਂਟਰ 'ਤੇ ਮਤਲਬ ਭੀੜ ਲੱਗੀ ਹੋਈ ਆ ਉੱਥੇ, ਮੈਂ ਹੋਰ ਮਸ਼ੀਨਾਂ ਲਾਈ ਜਾ ਰਿਹਾ, ਇੰਨੇ ਹੈਗੇ ਆ। ਕਾਰਨ ਕੀ ਹੈ ਕਿ ਬਲੱਡ ਪ੍ਰੈਸ਼ਰ, ਸ਼ੂਗਰ, ਓਬੈਸਟੀ, ਤਿੰਨ ਕਾਰਨ ਆ, ਦੇਰ ਆਰ ਓਨਲੀ 3 ਰੀਜ਼ਨਸ। ਅਤੇ ਉਹਦਾ ਜੇ ਟਾਈਮ ਸਿਰ ਇਲਾਜ ਹੋ ਜਾਏਗਾ, ਅਰਲੀ ਡਾਇਗਨੋਸਿਸ ਔਰ ਅਰਲੀ ਟ੍ਰੀਟਮੈਂਟ, ਜਿਹਦਾ ਕਿ ਆਮ ਆਦਮੀ ਕਲੀਨਿਕ ਨੇ ਰੈਵੋਲਿਊਸ਼ਨਾਈਜ਼ ਕਰਤਾ ਕਿ 2.25 ਕਰੋੜ ਤੋਂ ਵੱਧ ਲੋਕ ਉਹਦਾ ਫਾਇਦਾ ਉਠਾ ਚੁੱਕੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਉਹ ਤੁਸੀਂ ਦੇਖੋਗੇ ਕਿ ਇਹਦੇ ਰਿਜ਼ਲਟਸ ਦੇਖੋਗੇ ਕਿ ਲੋਕਾਂ ਦੇ ਗੁਰਦੇ ਫੇਲ ਹੋਣੇ ਘੱਟ ਹੋਣਗੇ, ਗੋਡੇ ਫੇਲ ਨਹੀਂ ਹੋਣਗੇ, ਕਿਉਂਕਿ ਪਹਿਲਾਂ ਲੋਕਾਂ ਦੇ ਗੋਡੇ ਥੋੜ੍ਹੀ ਫੇਲ ਹੁੰਦੇ ਸੀ, ਬੱਚੇ ਨਹੀਂ ਪੈਦਾ ਹੋ ਰਹੇ ਸੀ। ਮਤਲਬ ਅਸਿਸਟਡ ਫਰਟੀਲਾਈਜੇਸ਼ਨ ਆ ਗਈ, ਇੱਕ ਨਵੀਂ ਆ ਗਈ ਇਨਵਿਟਰੋ ਫਰਟੀਲਾਈਜੇਸ਼ਨ, ਪ੍ਰੀ ਮੈਚੋਰਟੀ ਇੱਕ ਐਪੀਡੈਮਿਕ ਬਣ ਗਿਆ ਜੀ, ਨਿੱਕੂ ਕਿੰਨੇ ਖੁੱਲ੍ਹੇ ਹੋਏ ਜੀ ਬੱਚੇ, ਸਤਵਾਹਾਂ ਬੱਚਾ ਪੈਦਾ ਹੋ ਜਾਂਦਾ, ਕਿਉਂ ਕੀ ਕਾਰਨ ਆ ਉਹਦੇ 'ਚ, ਇਨਵਾਇਰਮੈਂਟਲ ਚੇਂਜਸ ਆ, ਉਹ ਬੜੀਆਂ ਸਟੱਡੀਜ਼ ਕਰ ਰਹੇ ਸੀ। ਸੋ ਜਿਹੜੀ ਐਜੂਕੇਸ਼ਨ ਹੈ, ਇਟ ਕੈਨ ਟਰਾਂਸਫਾਰਮ ਦਾ ਸੋਸਾਇਟੀ। ਇਹ ਜੋ ਅਰਵਿੰਦ ਕੇਜਰੀਵਾਲ ਜੀ ਦਾ, ਮਨੀਸ਼ ਸਿਸੋਦੀਆ ਦਾ ਕੋਨਸੈਪਟ ਸੀਗਾ, ਜਿਹਨੂੰ ਅਸੀਂ ਚਾਹੇ ਸਿਹਤ ਦਾ ਚਾਹੇ ਸਿੱਖਿਆ ਕ੍ਰਾਂਤੀ ਦਾ, ਉਹਨੂੰ ਇੱਕ ਬਹੁਤ ਅੱਛੇ ਤਰੀਕੇ ਦੇ ਨਾਲ, ਜਿਹੜੀ ਮਹਾਨ ਗੌਰਮੈਂਟ ਆ ਸਾਡੇ ਭਗਵੰਤ ਮਾਨ ਜੀ, ਸਾਡੇ ਮਾਨ ਯੋਗ ਮੁੱਖ ਮੰਤਰੀ ਸਾਹਿਬ, ਉਹਨਾਂ ਦੇ ਦਿਸ਼ਾ ਨਿਰਦੇਸ਼ ਵਿੱਚ ਅਸੀਂ ਸਾਰੀ ਜਿਹੜੀ ਉਹਨਾਂ ਦੀ ਟੀਮ ਅਸੀਂ ਇੰਪਲੀਮੈਂਟ ਕਰ ਰਹੇ ਹਾਂ। ਔਰ ਮੈਂ ਉਮੀਦ ਕਰਦਾ ਕਿ ਇਹਦੇ ਜਿਹੜਾ ਹੈਗਾ ਇੱਕ ਬਿਹਤਰ ਸਮਾਜ ਬਣਾਉਣ ਵਿੱਚ, ਸਾਡੇ ਬੱਚਿਆਂ ਨੂੰ ਕੈਨੇਡਾ ਵਿੱਚ ਜਾ ਕੇ ਜਾਂ ਹੋਰ ਕਿਤੇ ਜਾ ਕੇ ਖੱਜਲ ਖੁਆਰਨੇ ਹੋਣਗੇ। ਡਾਕਟਰ ਦੇ ਕਾਫੀ ਮਰੀਜ਼ ਆ ਰਹੇ ਨੇ ਅਤੇ ਨਾਲ ਨਾਲ ਜਿਹੜੀ ਸਟਰਗਲ ਬਰਨਿੰਗ ਦੇ ਕਾਫੀ ਕੇਸਿਸ ਆ ਰਹੇ ਨੇ, ਕਿਵੇਂ ਦੇਖਦੇ ਹੋ? ਦੇਖੋ, ਇਹਦੇ ਬਾਰੇ ਮੈਂ ਇੱਕ ਗੱਲ ਤਾਂ ਕਹਿਣਾ ਚਾਹੁੰਦਾ ਕਿ ਜਿਹੜਾ ਇਨਵਾਇਰਮੈਂਟ ਹੈ ਨਾ, ਆਪਾਂ ਸਾਰਿਆਂ ਨੇ ਉਸੇ ਹਵਾ ਦੇ ਵਿੱਚ ਸਾਹ ਲੈਣਾ। ਉਹ ਮਤਲਬ ਪ੍ਰਦੂਸ਼ਣ ਦਿੱਲੀ ਜਾਂਦਾ ਨਹੀਂ ਜਾਂਦਾ, ਦੈਟ ਕੈਨ ਬੀ ਅ ਮੈਟਰ ਆਫ ਡਿਬੇਟ, ਪਰ ਜਿਹੜਾ ਬੰਦਾ ਖੇਤ ਵਿੱਚ ਖੜ ਕੇ ਅੱਗ ਲਗਾ ਰਿਹਾ ਉਹਦੇ ਅੰਦਰ ਤਾਂ ਜਾ ਹੀ ਰਿਹਾ, ਮੈਕਸੀਮਮ ਉਹਦੇ ਅੰਦਰ ਜਾ ਰਿਹਾ। ਉਸ ਤੋਂ ਬਾਅਦ ਜਿਹੜਾ ਉਹਦਾ ਪਿੰਡ ਹੈ, ਉਹਦੇ ਬੱਚੇ ਹੈ, ਉਹਦੀ ਘਰਵਾਲੀ ਹੈ, ਉਹਦੀ ਮਾਂ ਹੈ, ਉਹਦੇ ਗੁਆਂਢੀ ਹੈ, ਸਾਰੇ ਨਗਰ ਨਿਵਾਸੀ ਹੈ, ਜਿਹੜਾ ਉਹਨਾਂ ਸੜਕਾਂ ਤੋਂ ਲੰਘ ਰਿਹਾ, ਸਭ ਤੋਂ ਜ਼ਿਆਦਾ ਧੂਆਂ ਉਹਨਾਂ ਦੇ ਅੰਦਰ ਜਾ ਰਿਹਾ, ਉਹਨਾਂ ਦੇ ਤਾਂ ਅੰਦਰ ਜਾ ਹੀ ਰਿਹਾ ਨਾ ਜੀ ਉਹ। ਔਰ ਉਹਦੇ ਇਹੋ ਜਿਹੇ ਮਹੀਨ ਪਾਰਟੀਕਲ ਆ ਉਹਦੇ 'ਚ, ਜਿਹਨੂੰ 2.5 μ ਅਸੀਂ ਕਹਿੰਦੇ ਹਾਂ, ਉਹ ਇੱਕ ਵਾਰੀ ਲੰਗਸ ਵਿੱਚ ਚਲੇ ਗਏ ਅਤੇ ਉਹ ਮੁੜ ਕੇ ਤੁਸੀਂ ਉਹਨਾਂ ਨੂੰ ਕੱਢ ਨਹੀਂ ਸਕਦੇ। ਔਰ ਸਾਡੇ ਜਦੋਂ ਅਸੀਂ ਕੋਈ ਬੰਦੇ ਦੀ ਡੈਥ ਹੋ ਜਾਂਦੀ ਹੈ, ਉਹਦਾ ਜਦੋਂ ਅਸੀਂ ਪੋਸਟਮਾਰਟਮ ਕਰਦੇ ਹਾਂ, ਆਟੋਪਸੀ ਕਰਦੇ ਹਾਂ, ਅਤੇ ਉਹਦੇ ਵਿੱਚ ਨਾ ਜੀ ਪਹਿਲਾਂ ਜਿਹੜੇ ਲੰਗਸ ਹੁੰਦੇ ਸੀ ਪਿੰਕ ਹੁੰਦੇ ਸੀ, ਹੁਣ ਪਿੰਕ ਨਹੀਂ ਹੁੰਦੇ, ਹੁਣ ਕਾਲੇ ਹੁੰਦੇ ਆ ਜੀ। ਅਤੇ ਇਹ ਤਾਂ ਜ਼ਿੰਦਗੀ ਦਾ ਸਵਾਲ ਹੈ ਜੀ। ਮਤਲਬ ਮੈਂ ਤੁਹਾਨੂੰ ਇੱਕ ਦੱਸਦਾ ਹੁੰਦਾ ਜੀ, ਜਦੋਂ ਮੈਂ ਡਾਕਟਰੀ ਕਰਦਾ ਪਿਆ ਸੀਗਾ ਨਾ ਜੀ, ਅੱਜ ਕੱਲ੍ਹ ਇੰਡੋਟ੍ਰੇਕਿਅਲ ਇੰਟੂਬੇਸ਼ਨ ਕਹਿੰਦੇ ਆ, ਟਿਊਬ ਪਾਉਂਦੇ ਸੀ ਅੱਜ ਕੱਲ੍ਹ, ਉਦੋਂ ਇਹ ਵਾਲਾ ਸਿਸਟਮ ਇੰਨਾ ਵਧੀਆ ਨਹੀਂ ਸੀਗਾ, ਅਸੀਂ ਟ੍ਰੈਕਿਓਸਟਮੀ ਕਰਦੇ ਸੀ, ਇੱਥੇ ਮੋਰੀ ਕਰ ਦਿੰਦੇ ਸੀ ਜਦੋਂ ਬੰਦੇ ਦਾ, ਬਹੁਤ ਸਾਰੀਆਂ ਕੰਡੀਸ਼ਨ ਹੋਈਆਂ ਜਦੋਂ ਉਹਨੂੰ ਸਾਹ ਲੈਣਾ ਬੰਦ ਹੋ ਜਾਂਦਾ, ਅਤੇ ਅਦਰਵਾਈਜ਼ ਜੇ ਉਹਨੂੰ ਸਾਹ ਦੇ ਦਿੱਤਾ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ, ਉਹ ਟ੍ਰੈਕਿਓਸਟਮੀ ਹੁੰਦੀ ਸੀ, ਇੱਥੇ ਟਿਊਬ ਪਾਉਂਦੇ ਹੁੰਦੇ ਸੀ ਉਹਨੂੰ। ਇੱਕ ਬਜ਼ੁਰਗ ਆਇਆ, ਉਹਨੂੰ ਮੈਂ ਕਿਹਾ ਵੀ ਤੁਹਾਡੇ ਬੇਟੇ ਦੀ ਜਾਨ ਖਤਰੇ 'ਚ ਆ, ਅਤੇ ਮੈਂ ਇੱਥੇ ਦੀ ਮੋਰੀ ਕਰਾਂਗਾ, ਇੱਕ ਟਿਊਬ ਪਾਵਾਂਗਾ, ਇਹਦੀ ਜਾਨ ਬਚ ਜਾਏਗੀ, ਅਤੇ ਥੋੜ੍ਹੀ ਦੇਰ ਵਾਸਤੇ ਇਹਦੀ ਮਤਲਬ ਆਵਾਜ਼ ਚਲੀ ਜਾਏਗੀ ਇਹਦੀ ਮਤਲਬ, ਅਤੇ ਇਹ ਬੋਲ ਨਹੀਂ ਪਾਏਗਾ, ਅਤੇ ਲੇਕਿਨ ਇਹਦੀ ਜਿਹੜਾ ਇਹਦਾ ਸਾਹ ਨੂੰ ਬਚਾਉਣਾ ਜ਼ਰੂਰੀ ਆ। ਅਤੇ ਉਹ ਬੱਚੇ ਮੈਨੂੰ, ਉਹਦੇ ਫਾਦਰ ਨਾਲੇ ਤਾਂ ਉਹ ਰੋ ਰਿਹਾ ਸੀ, ਕਹਿੰਦਾ ਮੇਰੇ ਬੇਟੇ ਕੇ ਗਲੇ ਪੇ ਚਲਾ ਦਿਓ ਨਸਤਰ, ਇਸਕੀ ਆਵਾਜ਼ ਵੀ ਲੈ ਲਓ, ਪਰ ਇਸਕੀ ਸਾਹ ਕੋ ਬਚਾ ਲਓ। ਸਾਹ ਸਾਡੀ ਜਿਹੜੀ ਹੈਗੀ ਆ ਨਾ, ਜਦੋਂ ਬੱਚਾ ਪੈਦਾ ਹੁੰਦਾ ਉਹ ਜੇ 2-3 ਦਿਨ ਨਹੀਂ ਵੀ ਉਹਨੂੰ ਦੁੱਧ ਮਿਲੇਗਾ ਮਾਂ ਦਾ, ਤਾਂ ਬੱਚੇ ਨੂੰ ਕੁਛ ਨਹੀਂ ਹੁੰਦਾ ਸੀ, ਉਹਦੇ ਕੋਲ ਰਿਜ਼ਰਵ ਹੁੰਦੇ ਆ ਸਾਰਾ, ਉੱਪਰੋਂ ਰੱਬ ਚੜਾ ਕਰਕੇ ਭੇਜਦਾ। ਬਟ ਜੇ ਬੱਚੇ ਨੂੰ 2 ਮਿੰਟ ਵਾਸਤੇ ਵੀ ਸਾਹ ਨਾ ਆਵੇ, ਜਿਹਨੂੰ ਅਸੀਂ ਬਰਥ ਕਰਾਈ ਕਰਦੇ ਹਾਂ, ਫਸਟ ਜਿਹੜਾ ਸਾਹ ਹੁੰਦਾ, ਤਾਂ ਬੱਚਾ ਮੈਂਟਲੀ ਰਿਟਾਰਡਡ ਹੋ ਜਾਂਦਾ ਸੀ। ਸਾਹ ਇਜ਼ ਸੋ ਇੰਪੋਰਟੈਂਟ। ਸਰ, ਮੰਡੀਆਂ ਦੇ ਵਿੱਚ ਸੀਜ਼ਡ ਆਫ ਦਾ ਮੈਟਰ, ਜਿਹੜਾ ਯੂਨੀਅਨ ਐਗਰੀਕਲਚਰ ਮਿਨਿਸਟਰ ਆ, ਉਹਨੂੰ ਵੀ ਮਿਲ ਕੇ ਆਏ ਆ। ਬੇਸਿਕਲੀ ਜਿਹੜਾ ਮੈਂ ਕਹੂੰਗਾ ਕਿ ਜਿਹੜੀ ਕੋਈ ਕਮੀ ਪੇਸ਼ੀ ਹੈਗੀ ਆ, ਉਹ ਯੂਨੀਅਨ ਗਵਰਨਮੈਂਟ ਵੱਲੋਂ, ਤੁਸੀਂ ਦੇਖੋ ਸਾਡੇ ਕੋਲ ਫੂਡ ਗ੍ਰੇਨ ਸਰਪਲਸ ਪਿਆ ਹੋਇਆ, ਦੁਨੀਆ ਵਿੱਚ ਕਮੀ ਆ, ਤੁਸੀਂ ਫੋਰਨ ਐਕਸਚੇਂਜ ਕਮਾ ਸਕਦੇ ਸੀ, ਕਰੋੜਾਂ ਰੁਪਏ ਕਮਾ ਸਕਦੇ ਸੀ, ਉਹ ਕੁਛ ਪੈਸੇ ਕਿਸਾਨ ਦੀ ਜੇਬ 'ਚ ਜਾਣੇ ਸੀ, ਕੁਛ ਪੈਸੇ ਆੜ੍ਹਤੀਆਂ ਦੀ ਜੇਬ 'ਚ ਜਾਣੇ ਸੀ, ਕੁਛ ਸ਼ੈਲਰ ਮਾਲਕਾਂ ਦੀ ਜੇਬ 'ਚ ਜਾਣੇ ਸੀ, ਕੁਛ ਮਜ਼ਦੂਰਾਂ ਦੀ ਜੇਬ 'ਚ ਜਾਣੇ ਸੀ,
ਅਸੀਂ ਕਹਿੰਦੇ ਵੀ ਅਸੀਂ ਭੁੱਖਿਆਂ ਨੂੰ ਅਨਾਜ ਖਿਲਾਉਣਾ ਜੋ ਬਾਬੇ ਨਾਨਕ ਨੇ ਕਿਹਾ ਸੀਗਾ, ਅਸੀਂ ਉਹਨਾਂ ਨੂੰ ਕੁਛ ਅਨਾਜ ਅਸੀਂ ਉਹਨਾਂ ਨੂੰ ਵੈਸੇ ਹੀ ਭੇਜ ਦਿੰਦੇ, ਦਾਨ ਕਰ ਦਿੰਦੇ ਇੱਥੇ ਸੜਨ ਨਾਲੋਂ ਲੜਨ ਨਾਲੋਂ ਨਾ ਜੀ, ਆਪਾਂ ਕੁਛ ਇੱਕ ਉਹਨਾਂ ਨੂੰ ਫੂਡ ਗ੍ਰੇਨ ਦੀ ਦਿੰਦੇ ਵੀ ਆਹ ਅਸੀਂ ਤੁਹਾਨੂੰ ਅਨਾਜ ਭੇਜ ਰਿਹਾ ਆਪਣੇ ਲੋਕਾਂ ਨੂੰ ਭੁੱਖੇ ਨਾ ਮਰਨ ਦਿਓ। ਦੇਖੋ ਕੀ ਪਰਸੈਪਸ਼ਨ ਚੇਂਜ ਹੁੰਦੀ ਦੁਨੀਆ ਦੇ ਵਿੱਚ ਆਪਣੇ। ਸੋ ਤੁਸੀਂ ਜਿਹੜੀ ਸੈਂਟਰ ਗੌਰਮੈਂਟ ਹੈ ਉਹ ਬਹੁਤ ਸਾਰੀਆਂ ਜਿਹੜੀਆਂ ਪੋਜ਼ਿਟਿਵ ਜਿਹੜੇ ਇਨੀਸ਼ੀਏਟਿਵ ਆ ਉਹਨੂੰ ਲੂਜ਼ ਕਰ ਰਹੀ ਆ ਉਹ। ਮੈਂ ਹੁਣ ਵੀ ਅਪੀਲ ਕਰਦਾ ਉਹਨਾਂ ਨੂੰ, ਔਰ ਮੈਂ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਆੜ੍ਹਤੀਆਂ ਨੂੰ ਔਰ ਮਜ਼ਦੂਰਾਂ ਨੂੰ ਜਿਹੜੇ ਆਪਣੇ ਤੁਹਾਡੇ ਸ਼ੈਲਰ ਮਾਲਕ ਹੈ ਇਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਪੰਜਾਬ ਗੌਰਮੈਂਟ ਨੇ ਅਸੀਂ ਪੰਜਾਬ ਨੂੰ ਬਚਾਉਣ ਲਈ ਇਕੱਠੇ ਹੋ ਕੇ ਆਪਾਂ ਕੰਮ ਕਰ, ਸਾਡੀ ਅਸੀਂ ਤੁਹਾਡੇ ਨਾਲ ਹੈ, ਬਿਲਕੁਲ ਤੁਹਾਡੇ ਨਾਲ ਕਮਿਟਡ ਹੈ ਅਸੀਂ। ਜਿਹੜੀ ਦਿੱਕਤ ਆ ਰਹੀ ਆ ਤੁਹਾਨੂੰ ਸਾਰਾ ਪਤਾ ਹੈਗਾ, ਉਹ ਸਾਡੇ ਨੂੰ ਬਿਹਤਰ ਜਾਣਦੇ ਆ ਵੀ ਮਤਲਬ ਜਿਹੜਾ WTO ਦਾ ਕਿਤੇ ਜ਼ਿਕਰ ਹੀ ਨਹੀਂ ਹੁੰਦਾ, ਜਦੋਂ ਸਾਡੀ ਸੈਂਟਰਲ ਗੌਰਮੈਂਟ ਨੇ ਉਹਨਾਂ ਦੇ ਨਾਲ ਕਮਿਟਮੈਂਟਸ ਕੀਤੀਆਂ ਹੋਈਆਂ, ਉਹਦੇ 'ਚ ਅੰਡਰਲਾਈਨ ਚੀਜ਼ ਹੈ ਫਾਰਮਰਸ ਨੋ ਬੈਟਰ ਦੈਨ ਅਸ, ਉਹ ਬਾਰਡਰ 'ਤੇ ਬੈਠੇ ਰਹੇ, ਮੈਂ ਵੀ ਬੈਠਾ ਉਹਨਾਂ ਦੇ ਨਾਲ। ਸੋ ਉਹਨਾਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜੇ ਆਪਾਂ ਪੰਜਾਬ ਦੇ ਕਿਸਾਨ ਨੂੰ ਬਚਾਉਣਾ, ਮਜ਼ਦੂਰ ਨੂੰ ਬਚਾਉਣਾ, ਆੜ੍ਹਤੀਆਂ ਨੂੰ ਬਚਾਉਣਾ ਔਰ ਸ਼ੈਲਰ ਮਾਲਕ ਨੂੰ ਬਚਾਉਣਾ, ਔਰ ਇਨ ਅਦਰ ਵਰਲਡ ਸਾਡੀ ਇਕੋਨਮੀ ਜਿਹੜੀ ਆ 60-70% ਐਗਰੋ ਇਕੋਨਮੀ ਆ ਸਾਡੀ, ਉਹਦੇ 'ਤੇ ਡਿਪੈਂਡੈਂਟ ਹੈ, ਉਹਦੇ ਵਿੱਚ ਆਪਾਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਪਏਗਾ। ਔਰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਜੀ, ਮਤਲਬ ਸਾਡੇ ਪੰਜਾਬ ਤੋਂ ਫੂਡ ਪ੍ਰੋਸੈਸਿੰਗ ਮਿਨਿਸਟਰ ਰਹੀ ਹੋਵੇ ਜੀ, ਦੋ ਵਾਰ ਰਹੀ ਹੋਵੇ ਜੀ, ਅਤੇ ਆਪਣੇ ਕੋਲ ਇੱਕ ਵੀ ਇੰਡਸਟਰੀ ਨਾ ਲੱਗੇ ਜੀ, ਅਸੀਂ ਕਿਉਂ ਕਣਕ ਅਤੇ ਝੋਨਾ ਬਾਹਰ ਭੇਜ ਰਹੇ ਹਾਂ, ਅਸੀਂ ਵਾਈ ਕਾਂਟ ਵੀ ਐਕਸਪੋਰਟ ਦਾ ਫੂਡ ਪ੍ਰੋਡਕਟਸ ਪੰਜਾਬ, ਜਿਵੇਂ ਕਿਸੇ ਕੋਲ ਤੇਲ ਹੈ ਜੀ, ਕਿਸੇ ਕੋਲ ਖਣਿਜ ਹੈ, ਕਿਸੇ ਕੋਲ ਕੁਛ ਹੈ, ਸਾਡੇ ਕੋਲ ਤਾਂ ਫੂਡ ਹੈ ਜੀ। ਸਾਡਾ ਜਿਹੜਾ ਹੈਗਾ ਕਿ ਪਿਓਰ ਔਰਗੈਨਿਕ ਫੂਡ, ਵਰਲਡ ਕਲਾਸ ਫੂਡ, ਅਸੀਂ ਉਹਦੇ ਪ੍ਰੋਡਕਟ ਬਣਾਈਏ, ਅਸੀਂ ਅਨਾਜ ਵੇਚੀਏ ਹੀ ਨਾ, ਮਤਲਬ ਨਾ ਜੀ, ਅਸੀਂ ਉਹਦਾ ਕੋਈ ਨਾ ਕੋਈ ਪ੍ਰੋਡਕਟ ਬਣਾ ਕੇ ਉਹਦੀ, ਤੁਸੀਂ ਇੱਕ ਮਿਸਾਲ ਦੇ ਤੌਰ 'ਤੇ ਤੁਸੀਂ ਜੇ ਤੁਸੀਂ ਉਹਦੀ ਆਟੇ ਦੀ ਬ੍ਰੈਡ ਬਣਾ ਦਿੱਤੀ, ਉਹਦੀ ਕੀਮਤ ਕਿੰਨੀ ਗੁਣਾ ਵੱਧ ਗਈ, 4 ਗੁਣਾ, 6 ਗੁਣਾ, 8 ਗੁਣਾ। ਤੁਸੀਂ ਨੂਡਲਸ ਬਣਾ ਦਿੱਤੇ ਉਹ 12 ਗੁਣਾ ਵੱਧ ਗਈ, ਤੁਸੀਂ ਆਲੂ ਤੋਂ ਚਿਪਸ ਬਣਾ ਦਿੱਤੇ ਉਹਦੀ ਕੀਮਤ ਕਿੰਨੀ ਹੋ ਗਈ, ਉਹਦੀ ਵੈਲਿਊ ਐਡੀਸ਼ਨ ਕਿੰਨੀ ਹੋ ਗਈ, 20% ਹੋ ਗਈ, 25% ਹੋ ਗਈ। ਸੋ ਅਸੀਂ ਵੈਲਿਊ ਐਡਿਡ ਪ੍ਰੋਡਕਟ ਬਣਾਈਏ, ਮਤਲਬ ਨਾ ਆਪਾਂ ਕਿਉਂ ਆਪਣਾ ਅਨਾਜ ਜਿਹੜਾ ਬਾਹਰ ਭੇਜ ਰਹੇ ਹਾਂ, ਰਾ ਮਟੀਰੀਅਲ ਕਿਉਂ ਭੇਜ ਰਹੇ ਹਾਂ ਆਪਾਂ, ਆਪਣੇ ਕੋਲ ਮਟੀਰੀਅਲ ਬਾਹਰੋਂ ਬਣ ਕੇ ਆ ਰਿਹਾ। ਸੋ ਇਹ ਸਮੇਂ ਦੀ ਲੋੜ ਹੈ ਔਰ ਪੰਜਾਬ ਦੀ ਲੋੜ ਹੈ ਕਿ ਅਸੀਂ ਇੱਧਰ ਨੂੰ ਸੋਚੀਏ, ਇਕੱਠੇ ਹੋ ਕੇ ਕੰਮ ਕਰੀਏ ਸਰਕਾਰ ਦੇ ਨਾਲ, ਔਰ ਸਰਕਾਰ ਇਸ 'ਤੇ ਕੰਮ ਕਰਨਾ ਚਾਹੁੰਦੀ ਹੈ। ਪ੍ਰਹਲਾਦ ਜੋਸ਼ੀ ਸਾਹਿਬ ਦੇ ਵੱਲੋਂ ਦੁਬਾਰਾ ਮੁਕੱਦਮਾ ਸ਼ੁਰੂ ਕਰਨ ਦੇ ਜਿਹੜੇ ਹੁਕਮ ਦੇ ਦਿੱਤੇ ਗਏ ਨੇਗੇ, ਮਨਜ਼ੂਰੀ ਦੇ ਦਿੱਤੀ ਗਈ ਹੈ, ਅਤੇ ਕਿਵੇਂ ਦੇਖਦੇ ਹੋ ਬਰਗਾੜੀ ਦਾ ਜਿਹੜਾ ਮੁੱਦਾ ਸੀ 2015 ਦਾ ਉਲਝਿਆ ਹੋਇਆ ਸੀ ਜੀ, ਹੁਣ ਲੱਗਦਾ ਇਨਸਾਫ਼? ਦੇਖੋ ਮੈਂ ਇੱਕੋ ਗੱਲ ਕਹਿਣੀ ਹਾਂ ਜੀ, ਜਿਹੜੀ ਸਰਕਾਰ ਹੈ ਨਾ ਜੀ, ਉਹ ਸੈਂਟਰ ਦੇ ਵਿੱਚ ਇਟਸ ਨੋਟ ਦਾ BJP ਗੌਰਮੈਂਟ, ਪੰਜਾਬ ਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ ਵੀ ਮਾਨ ਗੌਰਮੈਂਟ ਹੈ ਜਾਂ ਕੋਈ ਹੋਰ ਗੌਰਮੈਂਟ ਆ, ਵੀ ਉਹਦੇ 'ਚ ਸੈਣੀ ਗੌਰਮੈਂਟ ਹੈ। ਜਿਹੜਾ ਰੂਲ ਹੈ ਨਾ ਜੀ, ਰੂਲ ਆਫ ਲਾਅ ਹੋਣਾ ਚਾਹੀਦਾ, ਆਈ ਥਿੰਕ ਦੈਟਸ ਵਟ ਪੰਜਾਬ ਗੌਰਮੈਂਟ ਇਜ਼ ਡੂਇੰਗ। ਪੰਜਾਬ ਗੌਰਮੈਂਟ ਹੈਜ਼ ਰੀਸਟੋਰਡ ਦਾ ਰੂਲ ਆਫ ਲਾਅ ਐਂਡ ਦਾ ਲਾਅ ਵਿਲ ਟੇਕ ਇਟਸ ਓਨ ਕੋਰਸ।